ਹਾਂ ਤਾਂ ਪਿਆਰੇ ਬੱਚੋ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਆਪਾਂ ਵਿਆਕਰਣ ਵਾਲਾ ਟੋਪਿਕ ਹੈ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ। ਤਾਂ ਉਹਦੇ ਅੰਤਰਗਤ ਬੇਟਾ ਪਹਿਲਾਂ ਆਪਾਂ ਸ਼ਬਦ ਦੀਆਂ ਜਿਹੜੀਆਂ 8 ਕਿਸਮਾਂ ਕੀਤੀਆਂ ਸੀਗੀਆਂ, ਹੈ ਨਾ, 8 ਪ੍ਰਕਾਰ ਦਾ ਹੁੰਦਾ ਸ਼ਬਦ। ਉਹਦੇ ਵਿੱਚੋਂ ਬੇਟਾ ਪਹਿਲੀ ਪ੍ਰਕਾਰ ਹੈਗੀ ਆ ਨਾਮ, ਉਹਦੇ ਬਾਰੇ ਗੱਲ ਕਰਾਂਗੇ। ਮੁੱਖ ਰੂਪ ਵਿੱਚ ਤੁਹਾਨੂੰ ਨਾਮ ਅਤੇ ਪੜਨਾਮ ਦੇ ਬਾਰੇ ਸਵਾਲ ਆਉਂਦੇ ਆ, ਠੀਕ ਹੈ। ਪਹਿਲਾਂ ਆਪਾਂ ਨਾਮ ਦੀ ਗੱਲ ਕਰਾਂਗੇ, ਫਿਰ ਆਪਾਂ ਪੜਨਾਮ ਦੀ ਗੱਲ ਕਰਾਂਗੇ। ਨਾਮ ਕੀ ਹੈ, ਇਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ? ਤਾਂ ਬੇਟਾ ਇਹ ਕੀ ਕਹਿੰਦਾ, ਕਹਿੰਦਾ ਮਨੁੱਖ ਨੇ ਆਪਣੇ ਆਲੇ ਦੁਆਲੇ ਵਿੱਚ ਮਿਲਦੀਆਂ ਸਾਰੀਆਂ ਵਸਤੂਆਂ, ਜੀਵ ਜੰਤੂਆਂ, ਸਥਾਨਾਂ ਅਤੇ ਭਾਵਨਾਵਾਂ ਨੂੰ ਕੋਈ ਨਾ ਕੋਈ ਨਾਂ ਦਿੱਤਾ ਹੋਇਆ ਹੈ। ਇਹਨਾਂ ਨਾਵਾਂ ਦੀ ਗਿਣਤੀ ਅਸੀਮਿਤ ਹੈ। ਇਹਨਾਂ ਦੀ ਸੂਚੀ ਵਿੱਚ ਕਈ ਨਵੇਂ ਸ਼ਬਦ ਸ਼ਾਮਿਲ ਹੁੰਦੇ ਰਹਿੰਦੇ ਹਨ ਅਤੇ ਕੁਝ ਪੁਰਾਣੇ ਸ਼ਬਦ ਅਲੋਪ ਹੁੰਦੇ ਰਹਿੰਦੇ ਹਨ, ਠੀਕ ਹੈ। ਅਲੱਗ ਅਲੱਗ ਜਗ੍ਹਾਵਾਂ, ਥਾਵਾਂ, ਭਾਵਨਾਵਾਂ ਨੂੰ ਨਾਮ ਦਿੱਤੇ ਹੋਏ ਆ, ਠੀਕ ਹੈ। ਤਾਂ ਕਹਿੰਦੇ ਨਵੇਂ ਸ਼ਬਦ ਜਿਹੜੇ ਸ਼ਾਮਿਲ ਹੁੰਦੇ ਰਹਿੰਦੇ, ਪੁਰਾਣੇ ਅਲੋਪ ਹੁੰਦੇ ਰਹਿੰਦੇ ਇਹਦੇ ਵਿੱਚੋਂ। ਇਹਦੀ ਪਰਿਭਾਸ਼ਾ ਕੀ ਹੈ, ਕਿਸੇ ਵਿਅਕਤੀ, ਜੀਵ, ਥਾਂ, ਵਸਤੂ, ਹਾਲਤ, ਗੁਣ, ਭਾਵ, ਕੰਮ ਆਦਿ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ। ਜਿਵੇਂ ਮਨਜੀਤ ਸਿੰਘ ਕੁੜੀ, ਭੈਣ, ਮਾਂ, ਬਾਪ, ਪੁਲਿਸ, ਇੱਜੜ, ਸੰਗਰੂਰ, ਮੁੰਬਈ, ਧੁੱਪ, ਛਾਂ, ਕਮਰਾ, ਮੰਝ, ਪੈਨਸਲ, ਅਰਦਾਸ, ਅਮੀਰੀ, ਉਦਮ, ਖੁਸ਼ਬੂ, ਪੰਜਾਬੀ, ਪੂਰਨਮਾਸੀ ਆਦਿ, ਠੀਕ ਹੈ ਬੇਟਾ। ਤਾਂ ਅਰਥ ਦੇ ਪੱਖ ਤੋਂ ਨਾਮ ਸ਼ਬਦ 5 ਤਰ੍ਹਾਂ ਦੇ ਹੁੰਦੇ ਹਨ, ਠੀਕ ਹੈ ਬੇਟਾ। ਪਹਿਲਾ ਆ ਗਿਆ ਨਿਜਵਾਚਕ ਨਾਮ ਜਾਂ ਖਾਸ ਨਾਮ ਕਹਿੰਦੇ ਇਹਨੂੰ, ਜਿਹੜੇ ਸ਼ਬਦ ਤੋਂ ਸਾਨੂੰ ਕਿਸੇ ਖਾਸ ਵਿਅਕਤੀ, ਖਾਸ ਜੀਵ, ਖਾਸ ਥਾਂ ਜਾਂ ਖਾਸ ਵਸਤੂ ਦਾ ਗਿਆਨ ਹੋਵੇ ਉਸ ਨੂੰ ਨਿਜਵਾਚਕ ਨਾਮ ਕਹਿੰਦੇ ਹਨ ਜਾਂ ਖਾਸ ਨਾਮ ਕਹਿੰਦੇ ਹੈ। ਜਿਵੇਂ ਗੁਰਨੂਰ, ਸ਼੍ਰੀ ਅੰਮ੍ਰਿਤਸਰ, ਬਿਆਸ, ਚੰਡੀਗੜ੍ਹ, ਧੂਰੀ, ਸੁਪਰੀਮ ਕੋਰਟ, ਪ੍ਰਧਾਨ ਮੰਤਰੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਪੰਜਾਬ ਨੈਸ਼ਨਲ ਬੈਂਕ, ਚੰਦ, ਧਰਤੀ, ਪੰਜਾਬ, ਸੂਰਜ, ਬ੍ਰਹਿਮੰਡ, ਅਗਨੀ, ਮਿਜ਼ਾਈਲ, ਭਾਰਤ ਆਦਿ, ਠੀਕ ਹੈ ਬੇਟਾ। ਤਾਂ ਕਿਸੇ ਖਾਸ ਵਸਤੂ, ਵਿਅਕਤੀ ਜਾਂ ਸਥਾਨ ਦੇ ਨਾਮ ਨੂੰ ਖਾਸ ਨਾਮ ਕਹਿੰਦੇ ਆ, ਠੀਕ ਹੈ। ਇਹਦੇ ਵਿੱਚ ਫਿਰ ਅੱਗੇ ਨੋਟ ਦਿੱਤਾ, ਕਹਿੰਦਾ ਇਸ ਸ਼੍ਰੇਣੀ ਵਿਚਲੇ ਨਾਵਾਂ ਦਾ ਬਹੁਵਚਨ ਨਹੀਂ ਬਣਦਾ, ਠੀਕ ਹੈ। ਸਿੰਪਲ ਜੀ ਗੱਲ ਹੈ ਬੇਟਾ, ਹੁਣ ਅੰਮ੍ਰਿਤਸਰ ਦਾ ਬਹੁਵਚਨ ਥੋੜ੍ਹਾ ਨਾ ਬਣੂਗਾ, ਗੁਰਨੂਰ ਦਾ ਬਹੁਵਚਨ ਥੋੜ੍ਹਾ ਨਾ ਬਣ ਜੂਗਾ, ਬਿਆਸ ਦਾ ਬਹੁਵਚਨ ਥੋੜ੍ਹਾ ਨਾ ਬਣ ਜੂਗਾ, ਕਿਉਂਕਿ ਕਿਸੇ ਵਿਸ਼ੇਸ਼ ਵਿਅਕਤੀ ਜਾਂ ਸਥਾਨ ਦੇ ਨਾਮ ਨੂੰ ਖਾਸ ਨਾਮ ਕਹਿੰਦੇ ਆ ਜਾਂ ਨਿਜਵਾਚਕ ਨਾਮ ਕਹਿੰਦੇ ਆ। ਅੱਗੇ ਆ ਗਿਆ ਬੇਟਾ ਜਾਤੀਵਾਚਕ ਨਾਮ ਜਾਂ ਆਮ ਨਾਮ, ਠੀਕ ਹੈ। ਜਿਹੜੇ ਸ਼ਬਦਾਂ ਤੋਂ ਆਮ ਵਸਤੂਆਂ, ਜਾਨਵਰਾਂ, ਥਾਵਾਂ ਅਤੇ ਕਿਸੇ ਜਾਤੀ ਦੇ ਸਾਰੇ ਪਦਾਰਥਾਂ ਦਾ ਗਿਆਨ ਹੋਵੇ ਉਹਨਾਂ ਨੂੰ ਆਮ ਨਾਮ ਕਿਹਾ ਜਾਂਦਾ। ਜਿਵੇਂ ਮੇਜ਼, ਮੋਰ, ਨਦੀ, ਕੁੜੀ, ਦਰਿਆ, ਗੁਰਦੁਆਰਾ, ਪਿੰਡ, ਸ਼ਹਿਰ, ਦਰਜੀ, ਘੋੜਾ, ਬੱਸ ਆਦਿ, ਠੀਕ ਹੈ। ਕਿਸੇ ਵਿਸ਼ੇਸ਼ ਦਾ ਨਹੀਂ, ਉਹਨਾਂ ਦੀ ਜਾਤੀ ਦਾ ਪਤਾ ਲੱਗਦਾ ਬੇਟਾ, ਠੀਕ ਹੈ। ਤਾਂ ਇਹਨੂੰ ਫਿਰ ਕੀ ਕਹਿ ਦਿੰਦੇ ਆ, ਆਮ ਨਾਮ ਕਹਿ ਦਿੰਦੇ ਆ, ਠੀਕ ਹੈ। ਅੱਗੇ ਆ ਗਿਆ ਬੇਟਾ ਸਮੂਹ ਵਾਚਕ ਨਾਮ ਜਾਂ ਇਕੱਠ ਵਾਚਕ ਨਾਮ, ਠੀਕ ਹੈ ਬੇਟਾ। ਜਿਹੜੇ ਸ਼ਬਦ ਵਿਅਕਤੀਆਂ, ਜੀਵਾਂ ਜਾਂ ਗਿਣਨ ਯੋਗ ਵਸਤਾਂ ਦੇ ਇਕੱਠ ਜਾਂ ਸਮੂਹ ਲਈ ਵਰਤੇ ਜਾਣ ਉਹਨਾਂ ਨੂੰ ਸਮੂਹ ਵਾਚਕ ਨਾਮ ਆਖਦੇ ਹਨ। ਜਿਵੇਂ ਡਾਰ, ਫੌਜ, ਜਮਾਤ, ਟੋਲੀ, ਟੀਮ, ਸਭਾ, ਕਤਾਰ, ਜਲੂਸ, ਜੰਗ, ਜੱਥਾ, ਵੰਗ, ਹੇੜ ਆਦਿ।
ਅੱਗੇ ਆ ਗਿਆ ਬੇਟਾ 4 ਨੰਬਰ ਦੇ ਉੱਤੇ, ਵਸਤੂ ਵਾਚਕ ਨਾਮ ਜਾਂ ਪਦਾਰਥ ਵਾਚਕ ਨਾਮ ਜਿਹੜੇ ਸ਼ਬਦ ਤੋਲੀਆਂ ਮਿਣੀਆਂ ਜਾਂ ਮਾਪੀਆਂ ਜਾ ਸਕਣ ਵਾਲੀਆਂ ਵਸਤੂਆਂ ਦਾ ਗਿਆਨ ਕਰਾਉਣ, ਉਹਨਾਂ ਨੂੰ ਵਸਤੂਵਾਚਕ ਨਾਮ ਕਹਿੰਦੇ ਹਨ। ਜਿਵੇਂ ਤੇਲ, ਪਾਣੀ, ਦੁੱਧ, ਰੇਤ, ਪੱਥਰ, ਗੁੜ, ਲੋਹਾ, ਸੋਨ, ਕੱਪੜਾ, ਕਣਕ, ਚੌਲ, ਸ਼ੱਕਰ ਆਦਿ। ਠੀਕ ਹੈ, ਇਹ ਵਸਤੂਵਾਚਕ ਨਾਮ ਆ ਜਾਂਦੇ ਆ ਜਿਨ੍ਹਾਂ ਨੂੰ ਮਿਣਿਆ ਜਾਂ ਤੋਲਿਆ ਜਾ ਸਕਦਾ। ਅੱਗੇ ਆ ਗਿਆ ਬੇਟਾ ਭਾਵਵਾਚਕ ਨਾਮ, ਜਿਹੜੇ ਸ਼ਬਦ ਤੋਂ ਕਿਸੇ ਦੇ ਗੁਣ, ਹਾਲਤ ਜਾਂ ਭਾਵ ਆਦਿ ਦਾ ਗਿਆਨ ਹੋਵੇ ਉਸ ਨੂੰ ਭਾਵਵਾਚਕ ਨਾਮ ਕਹਿੰਦੇ ਹਨ। ਇਹਨਾਂ ਚੀਜ਼ਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ, ਵੇਖਿਆ ਜਾਂ ਛੂਹਿਆ ਨਹੀਂ ਜਾ ਸਕਦਾ। ਜਿਵੇਂ ਸਿਹਤ, ਸੁੰਦਰਤਾ, ਖੁਸ਼ੀ, ਗਮੀ, ਗਰੀਬੀ, ਬਿਮਾਰੀ, ਮਿਠਾਸ, ਕੁੜੱਤਣ, ਸੱਚ, ਝੂਠ, ਸੁੱਖ, ਦੁੱਖ, ਬਚਪਨ, ਬੁਢਾਪਾ, ਪਿਆਰ, ਦੇਸ਼ ਭਗਤੀ, ਵਫਾਦਾਰੀ, ਇਮਾਨਦਾਰੀ ਆਦਿ, ਤਾਂ ਇਹਨਾਂ ਨੂੰ ਬੇਟਾ ਭਾਵਵਾਚਕ ਨਾਮ ਕਹਿੰਦੇ ਆ। ਸੋ ਇਹ ਬੇਟਾ ਸੀਗੀ ਨਾਮ ਦੀ 5ਵੀਂ ਕਿਸਮ, ਅਤੇ ਅੱਗੇ ਆ ਗਿਆ ਆਜੂਗਾ ਪੜਨਾਮ, ਉਹ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ। ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ, ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।